ਬੱਚਿਆਂ ਦੀ ਲੜਾਈ ਪਿੱਛੇ ਸ਼ਰੇਆਮ ਗੋਲੀਆਂ ਚੱਲੀਆਂ ਨੇ ਜਿਸ ਦੇ ਕਾਰਨ ਇੱਕ ਔਰਤ ਦੀ ਮੌਤ ਜਦਕਿ ਇੱਕ ਵਿਅਕਤੀ ਜ਼ਖਮੀ ਤੇ ਨਾਲ ਹੀ ਇੱਕ ਮਾਸੂਮ ਬੱਚੀ ਦੇ ਵੀ ਗੋਲੀ ਲੱਗੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ ਪੰਜਾਬ ਵਿੱਚ ਕਿਸੇ ਨੂੰ ਵੀ ਕਾਨੂੰਨ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਸਰਕੇ ਭੈਣੀ ਦਾ ਹੈ ਜਿੱਥੇ ਕਿ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਬੱਚਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਹ ਲੜਾਈ ਸਿਆਣਿਆਂ ਤੱਕ ਪਹੁੰਚ ਗਈ ਤੇ ਗੋਲੀਆਂ ਤੱਕ ਚੱਲ ਗਈਆਂ ਪਰਿਵਾਰ ਨੇ ਦੱਸਿਆ ਕਿ ਛੋਟੇ ਬੱਚਿਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਵਿਅਕਤੀ ਪਿਸਤੌਲ ਦੀ ਨੋਕ ਤੇ ਉਹਨਾਂ ਨੂੰ ਡਰਾ ਧਮਕਾ ਰਿਹਾ ਸੀ ਜਦਕਿ ਉਹਨਾਂ ਨੇ ਉਸਦਾ ਪਿਸਤੌਲ ਖੋਲਿਆ ਜਿਸ ਤੋਂ ਬਾਅਦ ਉਹ ਆਪਣੇ ਨਾਲ 10 ਤੋਂ 15 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਘਰ ਦੇ ਉੱਤੇ ਹਮਲਾ ਕਰ ਦਿੰਦਾ ਹੈ ਤਾਬੜ ਤੋੜ ਅੰਨੇਵਾਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਵਿੱਚ ਇੱਕ ਔਰਤ ਅਤੇ ਬੱਚੀ ਸਮੇਤ ਦੋ ਲੋਕ ਜ਼ਖਮੀ ਹੁੰਦੇ ਨੇ ਤੇ ਇੱਕ ਔਰਤ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ ਉੱਥੇ ਹੀ ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ 'ਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੀ ਲੜਾਈ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਇੱਕ ਮਾਸੂਮ ਬੱਚੀ ਵੀ ਸ਼ਾਮਲ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਿੱਕੇ ਨਿੱਕੇ ਬੱਚੇ ਹੀ ਲੜੇ ਆ ਮਾੜੇ ਜੇ ਬਾਕੀ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਗੀ ਕੋਈ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਗੀ ਮਤਲਬ ਅਸੀਂ ਆਪਣੀ ਮਿਹਨਤ ਕਰਦੇ ਹਾਂ ਉਹਨਾਂ ਦਾ ਕੋਈ ਸਰਕਲ ਹੋ ਰਿਹਾ ਸਾਡਾ ਸਰਕਲ ਕੁਛ ਹੋ ਰਿਹਾ ਨਹੀਂ ਜੀ ਪਹਿਲੋਂ ਸਾਡੀ ਉਹਨਾਂ ਨਾਲ ਕਦੀ ਕੋਈ ਗੱਲਬਾਤ ਨਹੀਂ ਹੋਈ ਆ ਪਤਾ ਨਹੀਂ ਉਹਨਾਂ ਨੇ ਆ ਪਲੇਨ ਨਾਲ ਕੰਮ ਕੀਤਾ ਵਾ ਜੀ ਜਦੋਂ ਪਹਿਲੋਂ ਉਹਨਾਂ ਗੋਲੀ ਚਲਾਈ ਜਾਣਾ ਇਸੇ ਜਗ੍ਹਾ 'ਤੇ ਹੀ ਇਸ ਜਗ੍ਹਾ ਤੇ ਸਰ ਜੀ ਜਦੋਂ ਉਹਨਾਂ ਗੋਲੀ ਚਲਾਈ ਆ ਮੇਰਾ ਛੋਟਾ ਬੇਟਾ ਉਹਦੇ ਕੋਲ ਖਲੋਤਾ ਜਿਹੜੇ ਮੁੰਡੇ ਨੇ ਗੋਲੀ ਚਲਾਈ ਆ ਮੈਂ ਤੇ ਆਖਿਆ ਖਣੀ ਮੇਰੇ ਮੁੰਡੇ ਤੇ ਇਹਨੇ ਨਲਾਂ 'ਚ ਗੋਲੀ ਮਾਰਤੀ ਆ ਜਦੋਂ ਮੈਂ ਕਰਕੇ ਗਾਂਹ ਹੋ ਗਏ ਵੇਖਿਆ ਮਹਾਂ ਨਹੀਂ ਬਚਾ ਹੋ ਗਿਆ ਫਿਰ ਅਸੀਂ ਸਰ ਜੀ ਉਹਦੇ ਸਿਰ ਹੋ ਗਏ ਹਾਂ ਉਹ ਪਿਸਟਲ ਅਸੀਂ ਖੋਹ ਲਿਆ ਵਾ ਉਹਨਾਂ ਕੋਲੋਂ ਉਹਨੂੰ ਅਸੀਂ ਨੱਪ ਲਿਆ ਵਾ ਉਹ ਪਿਸਟਲ ਖੋਹ ਲਿਆ ਮੁੜ ਕੇ ਅੱਧੇ ਪੌਣੇ ਘੰਟੇ ਬਾਅਦ ਫਿਰ ਉਹ ਪਲੇਨ ਨਾ ਆਏ ਆ ਉਹ ਪਤਾ ਨਹੀਂ ਮਹਾਰਾਜ ਮੁੜ ਕੇ ਸਾਨੂੰ ਕੋਈ ਪਤਾ ਨਹੀਂ ਮੈਂ ਉਹ ਕੋਠੇ 'ਤੇ ਹਾਂ ਅਸੀਂ ਓਹਲੇ ਹੋ ਗਏ ਇੱਕ ਅੱਧਾ ਰੋੜਾ ਸੁੱਟਦੇ ਹਾਂ ਵੀ ਸਾਡੇ ਘਰ ਨਾ ਆ ਜਾਣ ਜਦੋਂ ਸਾਡੀ ਨਾ ਮੇਰੀ ਛੋਟੀ ਭਰਜਾਈ ਨੂੰ ਜਦੋਂ ਗੋਲੀ ਵੱਜ ਗਈ ਆ ਮੈਂ ਉਹਨੂੰ ਆਪਦੇ ਅੰਦਰ ਖਿੱਚ ਲਿਆ ਵਾ ਅਤੇ ਮੈਂ ਆਪਦਾ ਕੁੰਡਾ ਮਾਰ ਕੇ ਅਤੇ ਮੁੰਡਿਆਂ ਨੂੰ ਵੀ ਕੋਠੇ 'ਤੇ ਚੜ੍ਹਾ ਲਿਆ ਵਾ ਕੋਠੇ 'ਤੇ ਚੜ੍ਹ ਕੇ ਅਤੇ ਫਿਰ ਮੈਂ ਇਹਨਾਂ ਦਾ ਜਦੋਂ ਹਿਸਾਬ ਲਾਇਆ ਇਹ ਜਦੋਂ ਮੇਰੇ ਘਰ ਵੱਲ ਨੂੰ ਵਧੇ ਆ ਨਾ ਮੈਂ ਓਹਲੇ ਹੋ ਕੇ ਮਤਲਬ ਵੀ ਅਤੇ ਦੋ ਤਿੰਨ ਰੋੜੇ ਸੁੱਟੇ ਆ ਨਾ ਫਿਰ ਵੇਖਿਆ ਵੀ ਰੋੜੇ ਉੱਤੋਂ ਆਉਣ ਡੇ ਪਏ ਆ ਇੱਥੋਂ ਤਾਂ ਸਰ ਜੀ ਇੱਦਾਂ ਸੀ ਵੀ ਜਿਸ ਤਰ੍ਹਾਂ ਨਾ ਦਿਵਾਲੀ ਚੱਲਣ ਡਈ ਆ ਕੋਈ ਗੋਲੀ ਲੱਗੀ ਹੈ ਜੀ ਗੋਲੀ ਲੱਗੀ ਹੈ ਜੀ ਇੱਕ ਮੇਰੀ ਛੋਟੀ ਭਰਜਾਈ ਨੂੰ ਇੱਕ ਸਾਡੀ ਇੱਥੇ ਗਵਾਂਢੀ ਆ ਛੋਟੀ ਜਿਹੀ ਬੇਟੀ ਆ ਇੱਕ ਉਹਦੇ ਲੱਗੀ ਆ ਅਤੇ ਇੱਕ ਮੇਰੇ ਭਰਾ ਦੇ ਲੱਗੀ ਆ ਸਾਡੇ ਤਿੰਨੇ ਹੀ ਅਸੀਂ ਖਲੋਤੇ ਹਾਂ ਮੇਰੇ ਖਲੋਤਿਆਂ ਦੋਵੇਂ ਡਿੱਗ ਪਏ ਆ ਇਹ ਮੇਰੀ ਭਰਜਾਈ ਦੀ ਹੋਈ ਹੈ ਜੀ ਮੌਕੇ ਤੇ ਹੋ ਗਈ ਹਾਂਜੀ ਮੌਕੇ ਤੇ ਹੋ ਗਈ ਹੈ ਜੀ ਹੁਣ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਇੱਥੇ ਜੀ ਹਾਂਜੀ ਆਇਆ ਜੀ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਸਰ ਜੀ ਸਾਡੀ ਮੰਗ ਇਹ ਆ ਵੀ ਇਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨਾ ਉਹ ਸਾਨੂੰ ਸਾਰੀਆਂ ਹੀ ਇੱਕ ਵਾਰੀ ਤੁਸੀਂ ਆਪ ਹੀ ਸਰਕਾਰ ਵੇਖ ਲਵੇ ਵੀ ਇਹ ਕੀ ਕਰਦੇ ਆ ਅਤੇ ਕੀ ਇਹਨਾਂ ਨੇ ਕੀਤਾ ਵਾ ਅਤੇ ਕਿੱਥੋਂ ਇਹ ਬਣਿਆ ਵਾ ਇਹ ਇਹਨਾਂ ਦਾ ਸਰ ਜੀ ਕੰਮ ਜੇ ਸਾਰਾ ਦੋ ਨੰਬਰ ਦਾ ਚਿੱਟੇ ਦਾ ਅਸੀਂ ਆਪਦੀ ਮਿਹਨਤ ਕਰਦੇ ਹਾਂ ਸਾਨੂੰ ਅਸੀਂ ਕਿਸੇ ਦਾ ਕੋਈ ਵੀ ਉੱਧਰ ਉੱਧਰ ਹੀ ਕੋਈ ਗੱਲਬਾਤ ਨਹੀਂ ਕਰਦੇ ਇਹਨਾਂ ਦੀ ਸਾਡੀ ਮੰਗ ਪ੍ਰਸ਼ਾਸਨ ਕੋਲ ਇਹੋ ਹੀ ਆ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਇੱਕ ਵਾਰੀ ਜ਼ਰੂਰ ਵੇਖੀਆਂ ਜਾਣ ਇਹਨਾਂ ਦੀ ਬੱਚੇ ਛੋਟੇ ਹੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੇ ਕਰਦੇ ਇਹਨਾਂ ਦੇ ਦੋ ਪਰਿਵਾਰਾਂ ਦੀ ਆਪਸ 'ਚ ਗੱਲਬਾਤ ਗਈ ਦੋ ਲਾਗੇ ਲਾਗੇ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ
ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰ ਲੱਗ ਕੇ ਆਣ ਕੇ ਗੋਲੀਆਂ ਚਲਾਈਆਂ ਨੇ ਅਤੇ ਤਿੰਨ ਜਾਣਿਆਂ 'ਤੇ ਗੋਲੀਆਂ ਲੱਗੀਆਂ ਨੇ, ਇੱਕ ਦੀ ਮੌਤ ਹੋ ਚੁੱਕੀ ਆ, ਆਪਾਂ ਮੇਨ ਦੋਸ਼ੀ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਵਾ, ਨਾਲ ਇੱਕ ਨਜਾਇਜ਼ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ, ਬਾਕੀਆਂ ਨੂੰ ਫੜਨ ਦੀ ਛਾਪਾਮਾਰੀ ਕੀਤੀ ਜਾ ਰਹੀ ਆ। ਸਰ ਇਹਦੇ ਵਿੱਚ ਇੰਜਰਡ ਕਿੰਨੇ ਹੋਏ ਨੇ? ਤਿੰਨ ਜਾਣੇ ਇੰਜਰਡ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ, ਦੋ ਆਊਟ ਆਫ ਡੇਂਜਰ ਨੇ। ਵਜੀ ਇਹਨਾਂ ਦੇ ਛੋਟੇ ਬੱਚੇ ਸੀ, ਉਹਨਾਂ ਦੀ ਆਪਸੀ ਕਿਤੇ ਗੱਲ ਨੂੰ ਬਹਿਸ ਵਸਾਈ ਹੋਈ, ਉਹਨੂੰ ਲੈ ਕੇ ਫਿਰ ਗੱਲ ਵੱਧ ਗਈ। ਜਿਹੜਾ ਮੇਨ ਦੋਸ਼ੀ ਉਹਨੂੰ ਫੜ ਲਿਆ ਵਾ ਆਪਾਂ, ਹੈ ਨਾ, ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ। ਹਾਂਜੀ, ਸ਼ੇਰਾ ਜਿਹੜਾ ਗ੍ਰਿਫਤਾਰ ਕੀਤਾ ਗਿਆ? ਸ਼ੇਰਾ ਹਥਿਆਰ ਜਿਹੜੇ ਨਹੀਂ ਜਿਹੜਾ ਰਿਕਵਰ ਜਿਹੜਾ ਆਪਾਂ ਕੀਤਾ, ਹਥਿਆਰ ਲਾਇਸੈਂਸੀ ਨਹੀਂ ਨਜਾਇਜ਼ ਸੀ। ਠੀਕ ਹੈ।